ਅੱਜ ਜਿਸ ਕਲਾਕਾਰ ਬਾਰੇ ਗੱਲ ਕਰਨ ਜਾ ਰਹੇ ਹਾਂ ਉਸਨੇ ਕਦੇ ਕਿਸੇ ਪੰਜਾਬੀ ਫਿਲਮ 'ਚ ਕੰਮ ਨਹੀਂ ਕੀਤਾ ਅਤੇ ਨਾ ਹੀ ਕੋਈ ਗਾਇਕ ਹੈ। ਜਿਨ੍ਹਾਂ ਦੀ ਗੱਲ ਕਰ ਰਹੇ ਹਾਂ ਉਹ ਨੇ ਹਾਲੀਵੁੱਡ ਐਕਟਰ ਅਤੇ ਮਸ਼ਹੂਰ ਡਿਜ਼ਾਈਨਰ ਵਾਰਿਸ ਅਲੂਵਾਲੀਆ, ਜਿਨ੍ਹਾਂ ਨੂੰ ਵਰਲਡ ਟ੍ਰੇਡ ਸੈਂਟਰ 'ਤੇ ਹੋਏ ਹਮਲੇ ਦੌਰਾਨ ਆਪਣੇ ਸਿੱਖੀ ਸਰੂਪ ਕਾਰਨ ਨਸਲ ਭੇਦ ਦਾ ਸ਼ਿਕਾਰ ਹੋਣਾ ਪਿਆ। ਪਰ ਇਹਨਾਂ ਸਭ ਤੋਂ ਡਰਨ ਦੀ ਥਾਂ ਉਹਨਾਂ ਨੇ ਇਸ ਖਿਲਾਫ ਖੜ੍ਹੇ ਹੋ ਕੇ ਸਿੱਖ ਧਰਮ ਬਾਰੇ ਸਭ ਨੂੰ ਦੱਸਣ ਦੀ ਕੋਸ਼ਿਸ਼ ਕੀਤੀ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਦੋਸਤ ਗਗਨਦੀਪ ਅਤੇ ਅੱਜ ਜਾਣਾਂਗੇ ਵਾਰਿਸ ਅਲੂਵਾਲੀਆ ਦੀ ਲਾਈਫ, ਫੈਮਿਲੀ ਅਤੇ ਉਹਨਾਂ ਨੂੰ ਇੱਥੇ ਤੱਕ ਪਹੁੰਚਣ ਲਈ ਕਿਹੜੀਆਂ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਅਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈੱਲ ਆਈਕਨ 'ਤੇ ਵੀ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਅਤੇ ਵਾਰਿਸ ਅਲੂਵਾਲੀਆ ਲਈ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਅਸੀਂ ਪੰਜਾਬੀ ਸਿਤਾਰਿਆਂ ਬਾਰੇ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਸਾਲ 1974 ਨੂੰ ਅੰਮ੍ਰਿਤਸਰ 'ਚ ਜਨਮੇ ਵਾਰਿਸ ਦੇ ਪਿਤਾ ਪਰਮਜੀਤ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਸੀ ਅਤੇ ਮਾਤਾ ਦਰਸ਼ਨ ਕੌਰ ਜੀ ਇੱਕ ਸਕੂਲ ਟੀਚਰ। ਜਿਸ ਸਮੇਂ ਵਾਰਿਸ ਦੀ ਉਮਰ ਸਿਰਫ 5 ਸਾਲ ਦੀ ਸੀ ਉਦੋਂ ਆਪਣੇ ਮਾਤਾ ਪਿਤਾ ਦੇ ਨਾਲ ਸਾਲ 1979 ਵਿੱਚ ਅਮਰੀਕਾ ਦੇ ਬਰੁਕਲਿਨ ਸ਼ਹਿਰ ਘੁੰਮਣ ਆਏ। ਵਾਰਿਸ ਦੇ ਮਾਤਾ ਜੀ ਨੇ ਆਪਣੇ ਮਾਸਟਰਸ ਦੀ ਪੜ੍ਹਾਈ ਵੀ ਬਰੁਕਲਿਨ ਸ਼ਹਿਰ ਤੋਂ ਪੂਰੀ ਕੀਤੀ ਸੀ ਅਤੇ ਉਹਨਾਂ ਨੂੰ ਇਹ ਸ਼ਹਿਰ ਅਤੇ ਇਸ ਦਾ ਮਾਹੌਲ ਬਹੁਤ ਜ਼ਿਆਦਾ ਪਸੰਦ ਸੀ। ਸੋ ਉਹਨਾਂ ਦੇ ਮਾਤਾ ਪਿਤਾ ਨੇ ਇਸ ਸ਼ਹਿਰ ਵਿੱਚ ਰਹਿਣ ਦਾ ਇਰਾਦਾ ਕੀਤਾ। ਵਾਰਿਸ ਨੇ ਆਪਣੀ ਸਕੂਲ ਦੀ ਪੜ੍ਹਾਈ ਸ਼ੁਰੂ ਕੀਤੀ ਅਤੇ ਦੱਸਦੇ ਨੇ ਕਿ ਮੈਂ ਆਪਣੇ ਸਕੂਲ ਦੇ ਵਿੱਚ ਇਕੱਲਾ ਸਿੱਖ ਬੱਚਾ ਸੀ ਜੋ ਦਸਤਾਰ ਸਜਾਉਂਦਾ ਸੀ। ਨਾਲ ਪੜ੍ਹਨ ਵਾਲੇ ਬੱਚਿਆਂ ਨੂੰ ਅਜੀਬ ਤਾਂ ਲੱਗਦਾ ਪਰ ਕਦੇ ਕਿਸੇ ਨੇ ਵੀ ਉਹਨਾਂ ਨੂੰ ਆਪਣੇ ਤੋਂ ਅਲੱਗ ਨਹੀਂ ਸਮਝਿਆ ਅਤੇ ਸਾਰੇ ਮੇਰੇ ਦੋਸਤ ਸੀ। ਪੱਛਮੀ ਸੱਭਿਅਤਾ ਵਾਲੇ ਮੁਲਕ 'ਚ ਰਹਿਣ ਦੇ ਬਾਅਦ ਵੀ ਵਾਰਿਸ ਦੀ ਸਵੇਰ ਅਰਦਾਸ ਤੋਂ ਸ਼ੁਰੂ ਹੁੰਦੀ। ਵਾਰਿਸ ਪੜ੍ਹਾਈ ਦੇ ਵਿੱਚ ਕਾਫ਼ੀ ਤੇਜ਼ ਸੀ ਅਤੇ ਨਾਲ ਨਾਲ ਆਪਣੇ ਬੋਲਣ ਦੇ ਤਰੀਕੇ ਅਤੇ ਕਿਸੇ ਨੂੰ ਆਪਣੀ ਗੱਲ ਸਮਝਾਉਣ ਦੇ ਵਿੱਚ ਵੀ ਕਾਫ਼ੀ ਮਾਹਿਰ ਸੀ ਅਤੇ ਇਸ ਗੱਲ ਤੋਂ ਉਹਨਾਂ ਦੇ ਸਕੂਲ ਟੀਚਰ ਵੀ ਕਾਫ਼ੀ ਪ੍ਰਭਾਵਿਤ ਸੀ। ਉਹਨਾਂ ਦੇ ਸਕੂਲ ਟੀਚਰ ਨੇ ਉਹਨਾਂ ਦੇ ਮਾਤਾ ਜੀ ਨੂੰ ਵਾਰਿਸ ਦੀ ਇਸ ਖੂਬੀ ਬਾਰੇ ਦੱਸਿਆ ਕਿ ਤੁਹਾਡਾ ਬੇਟਾ ਇੱਕ ਵਧੀਆ ਵਕੀਲ ਬਣ ਸਕਦਾ ਹੈ। ਵਾਰਿਸ ਦੇ ਮਾਤਾ ਜੀ ਨੇ ਉਹਨਾਂ ਦੀ ਇਸ ਖੂਬੀ ਨੂੰ ਹੋਰ ਨਿਖਾਰਨ ਦੇ ਲਈ ਲੀਡਰਸ਼ਿਪ ਟ੍ਰੇਨਿੰਗ ਅਤੇ ਸਿੱਖ ਯੂਥ ਕੈਂਪਸ ਦੇ ਵਿੱਚ ਭੇਜਣਾ ਸ਼ੁਰੂ ਕੀਤਾ। ਫਿਰ ਵਾਰਿਸ ਨੇ ਨਿਊਯਾਰਕ ਲਿਬਰਲ ਆਰਟ ਕਾਲਜ ਤੋਂ ਆਪਣੀ 2 ਸਾਲ ਦੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਉਹ ਇੰਗਲੈਂਡ ਚਲੇ ਗਏ। ਇੰਗਲੈਂਡ 'ਚ ਉਹਨਾਂ ਨੇ ਮੈਨਚੈਸਟਰ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਸ਼ੁਰੂ ਕੀਤੀ। ਉਹਨਾਂ ਨੂੰ ਇੰਗਲੈਂਡ ਬਹੁਤ ਪਸੰਦ ਆਇਆ ਪਰ ਜਿਸ ਸਮੇਂ ਉਹ ਇੰਗਲੈਂਡ 'ਚ ਆਪਣੀ ਪੜ੍ਹਾਈ ਕਰ ਰਹੇ ਸੀ ਤਾਂ ਉਹਨਾਂ ਨੂੰ ਇੱਕ ਨਿਰਾਸ਼ ਕਰ ਦੇਣ ਵਾਲੀ ਖਬਰ ਮਿਲੀ ਕਿ ਉਹਨਾਂ ਦੇ ਪਿਤਾ ਜੀ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਆਪਣੀ ਮਾਂ ਨੂੰ ਵਾਰਿਸ ਇਕੱਲਾ ਨਹੀਂ ਛੱਡਣਾ ਚਾਹੁੰਦੇ ਸੀ, ਸੋ ਉਹਨਾਂ ਨੇ ਆਪਣੀ ਮਾਂ ਕੋਲ ਰਹਿਣ ਦਾ ਇਰਾਦਾ ਕੀਤਾ ਅਤੇ ਮੁੜ ਅਮਰੀਕਾ ਆ ਗਏ। ਇਸ ਤੋਂ ਬਾਅਦ ਵਾਰਿਸ ਨੇ ਨੌਕਰੀ ਲਈ ਕਈ ਜਗ੍ਹਾ ਇੰਟਰਵਿਊ ਦਿੱਤੇ, ਇੱਕ ਮੈਗਜ਼ੀਨ ਸ਼ੁਰੂ ਕੀਤੀ ਅਤੇ ਇੱਕ ਇੰਟਰਨੈਟ ਕੰਪਨੀ ਵੀ ਖੋਲ੍ਹੀ, ਪਰ ਉਹ ਕਿਸੇ ਵੀ ਕੰਮ 'ਚ ਕਾਮਯਾਬ ਨਾ ਹੋ ਸਕੇ। ਆਪਣੀ ਕਿਸਮਤ ਨੂੰ ਅਜਮਾਉਣ ਲਈ ਵਾਰਿਸ ਲੋਸ ਐਂਜਲਸ ਆ ਗਏ। ਇੱਥੇ ਉਹ ਇੱਕ ਸਟੋਰ ਦੇ ਵਿੱਚ ਪਹੁੰਚੇ ਜਿੱਥੇ ਹਾਲੀਵੁੱਡ ਦੇ ਵੱਡੇ ਵੱਡੇ ਐਕਟਰ ਆਉਂਦੇ ਸੀ। ਇਸ ਦੌਰਾਨ ਉਸ ਸਟੋਰ ਦੇ ਮਾਲਕ ਦੀ ਨਜ਼ਰ ਵਾਰਿਸ ਦੇ ਹੱਥ 'ਚ ਪਾਈ ਅੰਗੂਠੀ 'ਤੇ ਪਈ। ਸਟੋਰ ਮੈਨੇਜਰ ਨੂੰ ਉਹ ਅੰਗੂਠੀ ਬਹੁਤ ਪਸੰਦ ਆਈ ਅਤੇ ਉਸਨੇ ਵਾਰਿਸ ਤੋਂ ਇਸ ਅੰਗੂਠੀ ਬਾਰੇ ਪੁੱਛਿਆ ਕਿ ਇਹ ਤੁਸੀਂ ਕਿੱਥੋਂ ਖਰੀਦੀ, ਕੀ ਤੁਸੀਂ ਇਹੋ ਜਿਹੀਆਂ ਕੁਝ ਹੋਰ ਅੰਗੂਠੀਆਂ ਮੈਨੂੰ ਬਣਵਾ ਕੇ ਦੇ ਸਕਦੇ ਹੋ। ਇੱਥੇ ਤੋਂ ਹੀ ਵਾਰਿਸ ਦੀ ਕਿਸਮਤ ਬਦਲਣੀ ਸ਼ੁਰੂ ਹੋ ਗਈ। ਵਾਰਿਸ ਨੇ ਉਸ ਤਰ੍ਹਾਂ ਦੀਆਂ ਕੁਝ ਅੰਗੂਠੀਆਂ ਡਿਜ਼ਾਈਨ ਕਰਵਾਈਆਂ ਅਤੇ ਉਸ ਸਟੋਰ ਦੇ ਮਾਲਕ ਨੂੰ ਦੇ ਦਿੱਤੀਆਂ। ਕੁਝ ਸਮੇਂ ਬਾਅਦ ਉਹ ਅੰਗੂਠੀਆਂ ਹਾਲੀਵੁੱਡ ਦੇ ਸਿਤਾਰਿਆਂ ਦੇ ਹੱਥਾਂ 'ਚ ਨਜ਼ਰ ਆਉਣ ਲੱਗੀਆਂ ਅਤੇ ਇਹਨਾਂ ਦੇ ਚਰਚੇ ਵੀ ਸ਼ੁਰੂ ਹੋ ਗਏ। ਵਾਰਿਸ ਨੇ ਇਸੇ ਕੰਮ ਨੂੰ ਆਪਣਾ ਪੇਸ਼ਾ ਬਣਾਉਣ ਦੀ ਸੋਚੀ ਅਤੇ ਉਹਨਾਂ ਨੇ ਜੂਲਰੀ ਡਿਜ਼ਾਈਨਿੰਗ ਦੀ ਟ੍ਰੇਨਿੰਗ ਲਈ ਅਤੇ ਹਾਊਸ ਆਫ ਵਾਰਿਸ ਨਾਮ ਦਾ ਇੱਕ ਸਟੋਰ ਸ਼ੁਰੂ ਕਰ ਲਿਆ। ਆਪਣੇ ਅਲੱਗ ਡਿਜ਼ਾਈਨ ਜਿਸ ਵਿੱਚ ਪੁਰਾਣੇ ਅਤੇ ਨਵੇਂ ਡਿਜ਼ਾਈਨ ਦਾ ਸੁਮੇਲ ਸੀ ਉਹ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਅਤੇ ਬਹੁਤ ਹੀ ਜਲਦ ਉਹਨਾਂ ਦੇ ਸਟੋਰ ਅਤੇ ਉਹਨਾਂ ਦੀ ਡਿਜ਼ਾਈਨ ਕੀਤੀ ਜੂਲਰੀ ਦੇ ਹਰ ਪਾਸੇ ਚਰਚੇ ਸ਼ੁਰੂ ਹੋ ਗਏ। ਸਭ ਕੁਝ ਬਹੁਤ ਵਧੀਆ ਚੱਲ ਰਿਹਾ ਸੀ, ਵਾਰਿਸ ਸੈਟਲ ਵੀ ਹੋ ਚੁੱਕੇ ਸੀ, ਪਰ ਇਹ ਸਭ ਦੇ ਦੌਰਾਨ ਸਾਲ 2001 'ਚ ਵਰਲਡ ਟ੍ਰੇਡ ਸੈਂਟਰ 'ਤੇ ਹਮਲਾ ਹੋਇਆ ਅਤੇ ਇਸ ਹਮਲੇ ਦੇ ਗੁੱਸੇ ਦਾ ਸ਼ਿਕਾਰ ਉੱਥੇ ਰਹਿ ਰਹੀ ਸਿੱਖ ਕਮਿਊਨਿਟੀ ਨੂੰ ਵੀ ਹੋਣਾ ਪਿਆ। ਵਾਰਿਸ ਨੂੰ ਉੱਥੇ ਦੇ ਰਹਿਣ ਵਾਲੇ ਲੋਕ ਉਸਾਮਾ ਬਿਨ ਲਾਦੇਨ ਕਹਿ ਕੇ ਬੁਲਾਉਣ ਲੱਗੇ ਅਤੇ ਅਮੈਰੀਕਾ ਛੱਡ ਕੇ ਜਾਣ ਨੂੰ ਕਹਿਣ ਲੱਗੇ। ਲੋਕਾਂ ਨੇ ਵਾਰਿਸ ਦੀ ਤੁਲਨਾ ਜਦੋਂ ਲਾਦੇਨ ਨਾਲ ਕੀਤੀ ਤਾਂ ਉਹਨਾਂ ਨੂੰ ਬਹੁਤ ਬੁਰਾ ਲੱਗਿਆ ਅਤੇ ਉਹਨਾਂ ਨੇ ਲੋਕਾਂ ਨੂੰ ਇਸ ਬਾਰੇ ਦੱਸਣ ਲਈ ਇੱਕ ਕੈਂਪੇਨ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਉਹਨਾਂ ਨੇ ਆਪਣੇ ਅਤੇ ਸਿੱਖ ਧਰਮ ਦੇ ਬਾਰੇ ਦੱਸਿਆ। ਦੋਸਤੋ, ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਵਾਰਿਸ ਅਲੂਵਾਲੀਆ ਨੇ ਹਾਲੀਵੁੱਡ ਫਿਲਮਾਂ ਦੇ ਵਿੱਚ ਕਦਮ ਰੱਖਿਆ।
ਹਾਲੀਵੁੱਡ ਦੇ ਐਕਟਰਸ ਦਾ ਤਾਂ ਉਹਨਾਂ ਦੇ ਸਟੋਰ ਤੇ ਆਣਾ ਜਾਣਾ ਤਾਂ ਪਹਿਲਾਂ ਦਾ ਹੀ ਸੀ। ਇਸੇ ਤਰ੍ਹਾਂ ਇੱਕ ਵਾਰ ਵਾਰਿਸ ਹਾਲੀਵੁੱਡ ਡਾਇਰੈਕਟਰ ਵੇਸ ਐਂਡਰਸਨ ਦੇ ਨਾਲ ਡਿਨਰ ਕਰ ਰਹੀ ਸੀ ਤਾਂ ਉਹਨਾਂ ਨੇ ਵਾਰਿਸ ਨੂੰ ਆਪਣੀ ਫਿਲਮ ਦੇ ਵਿੱਚ ਕੰਮ ਕਰਨ ਲਈ ਕਿਹਾ। ਵਾਰਿਸ ਫਿਲਮ ਦੇ ਵਿੱਚ ਕੰਮ ਕਰਨ ਲਈ ਰਾਜ਼ੀ ਹੋ ਗਏ ਤੇ ਉਹਨਾਂ ਨੇ ਆਪਣੀ ਪਹਿਲੀ ਫਿਲਮ ਵਿੱਚ ਕੰਮ ਕੀਤਾ ਜੋ ਕਿ ਸਾਲ 2004 ਵਿੱਚ ਆਈ ਤੇ ਇਸ ਫਿਲਮ ਦਾ ਨਾਮ ਸੀ ਦ ਲਾਈਫ ਐਕੁਏਟਿਕ ਵਿਦ ਸਟੀਵ। ਇਸ ਫਿਲਮ ਤੋਂ ਵਾਰਿਸ ਨੇ ਹਾਲੀਵੁੱਡ ਫਿਲਮਾਂ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ। ਇਸ ਤੋਂ ਬਾਅਦ ਵਾਰਿਸ ਨੂੰ ਇਨਸਾਈਡ ਮੈਨ ਨਾਮ ਦੀ ਫਿਲਮ ਦੇ ਵਿੱਚ ਇੱਕ ਬੜਾ ਰੋਲ ਕਰਨ ਦਾ ਮੌਕਾ ਮਿਲਿਆ ਜਿਸ ਨਾਲ ਵਾਰਿਸ ਦੀ ਪਹਿਚਾਣ ਬਣੀ। ਹੁਣ ਤੱਕ ਵਾਰਿਸ 14 ਦੇ ਕਰੀਬ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੇ ਨੇ। ਵਾਰਿਸ ਆਹਲੂਵਾਲੀਆ ਕਈ ਬੜੇ ਬੜੇ ਫੈਸ਼ਨ ਬ੍ਰਾਂਡਸ ਦੇ ਲਈ ਵੀ ਮਾਡਲਿੰਗ ਕਰ ਚੁੱਕੇ ਨੇ, ਪਰ 2013 ਵਿੱਚ ਇੱਕ ਵਾਰ ਫਿਰ ਤੋਂ ਉਹਨਾਂ ਨੂੰ ਨਸਲ ਭੇਦ ਦਾ ਸ਼ਿਕਾਰ ਹੋਣਾ ਪਿਆ ਜਦੋਂ ਫੈਸ਼ਨ ਬ੍ਰਾਂਡ ਗੈਪ ਦੇ ਇੱਕ ਪੋਸਟਰ ਵਿੱਚ ਲੋਕਾਂ ਨੇ ਉਹਨਾਂ ਨੂੰ ਦਸਤਾਰ ਦੇ ਨਾਲ ਦੇਖਿਆ। ਪਰ ਵਾਰਿਸ ਬਿਨਾਂ ਕਿਸੇ ਦੀ ਪਰਵਾਹ ਕੀਤੇ ਆਪਣੇ ਕੰਮ 'ਚ ਲੱਗੇ ਰਹੇ। ਦੋਸਤੋ, ਇਹ ਸੀ ਵਾਰਿਸ ਆਹਲੂਵਾਲੀਆ ਦੇ ਫਿਲਮੀ ਸਫ਼ਰ ਦੇ ਬਾਰੇ ਜਾਣਕਾਰੀ। ਵਾਰਿਸ ਆਹਲੂਵਾਲੀਆ ਨੂੰ ਮਿਲੇ ਅਵਾਰਡਸ ਦੀ ਗੱਲ ਕਰੀਏ ਤਾਂ ਸਾਲ 2010 'ਚ ਉਹਨਾਂ ਨੂੰ ਆਪਣੇ ਪਹਿਨਾਵੇ ਲਈ ਵੈਨਿਟੀ ਫੇਅਰ ਅਵਾਰਡ ਮਿਲ ਚੁੱਕਾ ਹੈ ਅਤੇ ਵੋਗ ਮੈਗਜ਼ੀਨ ਉਹਨਾਂ ਨੂੰ 10 ਪ੍ਰਭਾਵਸ਼ਾਲੀ ਲੋਕਾਂ ਦੇ ਵਿੱਚ ਵੀ ਸ਼ਾਮਿਲ ਕਰ ਚੁੱਕੀ ਹੈ। ਅਤੇ ਜੋ ਸਭ ਤੋਂ ਮਾਣ ਵਾਲੀ ਗੱਲ ਹੈ ਉਹ ਇਹ ਹੈ ਕਿ 19 ਅਕਤੂਬਰ 2016 ਨੂੰ ਨਿਊਯਾਰਕ ਦੇ ਮੇਅਰ ਨੇ ਧਾਰਮਿਕ ਖੇਤਰ ਵਿੱਚ ਆਪਣੇ ਯੋਗਦਾਨ ਦੇ ਲਈ ਵਾਰਿਸ ਆਹਲੂਵਾਲੀਆ ਦਿਵਸ ਮਨਾਉਣ ਦਾ ਐਲਾਨ ਕੀਤਾ। ਲੋਕਾਂ ਨੇ ਵਾਰਿਸ ਨੂੰ ਕਈ ਵਾਰ ਉਹਨਾਂ ਦੇ ਸਿੱਖ ਹੋਣ ਅਤੇ ਦਸਤਾਰ ਦੇ ਕਾਰਨ ਕਾਫ਼ੀ ਕੁਝ ਕਿਹਾ, ਪਰ ਉਹ ਅੱਜ ਵੀ ਕਿਸੇ ਦੀ ਪਰਵਾਹ ਕੀਤੇ ਬਿਨਾਂ ਆਪਣੇ ਕੰਮ ਦੇ ਵਿੱਚ ਲੱਗੇ ਨੇ ਅਤੇ ਸਿੱਖ ਧਰਮ ਦੇ ਬਾਰੇ ਲੋਕਾਂ ਨੂੰ ਅੱਜ ਵੀ ਜਾਗਰੂਕ ਕਰ ਰਹੇ ਨੇ। ਵਾਰਿਸ ਆਹਲੂਵਾਲੀਆ ਦੀ ਪਰਸਨਲ ਲਾਈਫ ਦੀ ਗੱਲ ਕਰੀਏ ਤਾਂ ਉਹ ਇਟਲੀ ਦੀ ਕਿਆਰਾ ਕਲੈਮੈਂਟੇ ਦੇ ਨਾਲ ਰਿਲੇਸ਼ਨ 'ਚ ਰਹਿ ਚੁੱਕੇ ਨੇ ਅਤੇ ਉਹਨਾਂ ਦੇ ਬਾਰੇ ਮਿਲੀ ਜਾਣਕਾਰੀ ਮੁਤਾਬਕ ਅਜੇ ਵੀ ਉਹਨਾਂ ਨੇ ਵਿਆਹ ਨਹੀਂ ਕਰਵਾਇਆ। ਸੋ ਦੋਸਤੋ, ਇਹ ਸੀ ਅੱਜ ਦੀ ਜਾਣਕਾਰੀ ਵਾਰਿਸ ਆਹਲੂਵਾਲੀਆ ਦੇ ਬਾਰੇ, ਜਿਨ੍ਹਾਂ ਨੇ ਇੰਨੀਆਂ ਮੁਸ਼ਕਲਾਂ ਤੋਂ ਬਾਅਦ ਵੀ ਪੂਰੀ ਦੁਨੀਆ ਵਿੱਚ ਪੰਜਾਬੀਆਂ ਦਾ ਸਿਰ ਉੱਚਾ ਕੀਤਾ ਅਤੇ ਮਾਣ ਦਵਾਇਆ। ਅਤੇ ਅਸੀਂ ਵੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਜਾਣਕਾਰੀ ਵਧੀਆ ਲੱਗੀ ਹੋਣੀ ਹੈ। ਜੇ ਇਹ ਜਾਣਕਾਰੀ ਪਸੰਦ ਆਈ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਦੇ ਨਾਲ ਵੀ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹਰ ਕਿਸੇ ਨੂੰ ਉਹਨਾਂ ਬਾਰੇ ਪਤਾ ਲੱਗ ਸਕੇ। ਔਰ ਜੇ ਪਸੰਦ ਨਹੀਂ ਆਈ ਤਾਂ ਵੀਡੀਓ ਨੂੰ ਡਿਸਲਾਈਕ ਕਰਨ ਦੇ ਨਾਲ ਨਾਲ ਕਾਰਨ ਵੀ ਜ਼ਰੂਰ ਦੱਸਿਓ ਤਾਂ ਜੋ ਅੱਗੇ ਤੋਂ ਉਸ ਗੱਲ ਦਾ ਧਿਆਨ ਰੱਖ ਸਕੀਏ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਲੈਣ ਲਈ ਬੈੱਲ ਆਈਕਨ 'ਤੇ ਪ੍ਰੈਸ ਕਰੋ।